पंजाब की सरकार नाल जुड़ी हुई है। पंजाब की सरकार अज हैदराबाद विच पहुंची हुई है। कई डैम्स का जायजा लिया जा रहा है। पंजाब दे विच पानी नू होर किस तरीके नाल चैनलाइज किया जाए, नहरी पानी नू पंजाब दे पिंडा तक पहुंचाउण दे लई किहड़ा ब्लू प्रिंट मास्टर प्लान पंजाब दे मुख्यमंत्री हैदराबाद तो लैके आउणगे, इस ते लगातार साडी नज़र बनी हुई है। सो पंजाब दी सरकार हैदराबाद विच है, मुख्यमंत्री मान तेलंगाना विखे कई डैम्स दे निरीक्षण कर रहे ने। तुहानू दस दईए कि चीफ मिनिस्टर मान दे नाल सिंचाई विभाग के कई सीनियर अफसर भी नाल हाज़र ने, जिहड़े कि पूरे ब्लू प्रिंट नू देख रहे ने कि किवें पानी नू चैनलाइज किया होया। पंजाब दी हुण तक जिहड़ी पानियां दे मद्देनज़र त्रासदी रही है कि पंज दरियावां दे नां नाल जाणिया जांदा पंजाब, हालांकि 47 दे विच इक लहिंदे वाले पासे रह गया ते इक चढ़दे वाले पासे रह गया। चढ़दे वाले पासे पंजाब दे हिस्से सिर्फ 2.5 दरिया है, पर जिवें जिवें वख-वख समयां ते केंद्र दी सरकार दे वल्लों नवें कानून लियांदे गए, पंजाब पुनर्गठन एक्ट लियांदा गया, 1966 दीआं कई तजवीज़ां सी जिन्हां दे विच पंजाब नूं वट वड्डण दी वी इजाजत नहीं दित्ती गई, तां फिर पंजाब दे हिस्से पानी किहड़ा आया। जेकर पंजाब दे हिस्से नहरी पानी चैनलाइज किया हुंदा तां अज पंजाब दे कई डार्क जोन ज़िले ना बनते, तो पंजाब दे हिस्से बर्बादी का आलम ना आता, क्योंकि पंजाब नूं रवायती चक्कर दे विचों पंजाब की सियासत नहीं कढ़िया। रवायती चक्कर तो भाव है कि कणक ते झोने की बिजाई पंजाब दे विच अक्सर हुंदी सी, जिस तों बाद मोटरां दे राहीं ट्यूबवैल्स दे राहीं पानी नूं कढ़िया जांदा रहा, जिस करके पंजाब दे विच पंजाब दे कई ज़िले अजिहे ने जिहड़े कि डार्क जोन दे विच ने। जेकर इसे तरीके नाल ट्यूबवैल दे जरिए पानी कढ़िया जांदा रहा तां ओह दूर दूर नहीं कि किस तरीके नाल पंजाब दे विच जिहड़ी त्रासदी आ सकती है ਉਹ ਤੁਹਾਡੇ ਸਾਹਮਣੇ ਹੋਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਅਗਲੀ ਜਿਹੜੀ ਵੱਡੀ ਖਬਰ ਦਾ ਰੁਖ ਕਰਦੇ ਹਾਂ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਟਵੀਟ ਕਰ ਰਹੇ ਨੇ। ਟਵੀਟ ਦੇ ਵਿੱਚ ਚੀਫ ਮਿਨਿਸਟਰ ਮਾਨ ਨੇ ਲਿਖਿਆ ਹੈ ਕਿ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਦੇ ਨਾਲ ਹੈਦਰਾਬਾਦ ਪਹੁੰਚ ਚੁੱਕਿਆ ਹਾਂ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲੈ ਰਿਹਾ ਹਾਂ। ਤੇਲੰਗਾਨਾ ਸਰਕਾਰ ਦੇ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ਦੇ ਵਿੱਚ ਛੋਟੇ ਛੋਟੇ ਡੈਮ ਬਣਾਏ ਗਏ ਨੇ, ਜਿਸ ਦੇ ਨਾਲ ਧਰਤੀ ਹੇਠਲਾ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ। ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਕਿ 300 ਫੁੱਟ ਤੱਕ ਬੋਰ ਲੱਗਦਾ ਹੈ, ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ 600 ਫੁੱਟ ਤੱਕ ਪੰਜਾਬ ਦਾ ਪਾਣੀ ਦਾ ਪੱਧਰ ਜਾ ਚੁੱਕਿਆ ਹੈ। ਕੋਈ ਟਾਈਮ ਸੀ ਜਦੋਂ ਲੋਕ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਸੀ, ਪਰ ਅੱਜ ਉਹ ਦਿਨ ਨਹੀਂ ਰਹੇ, ਸਮਾਂ ਬਦਲ ਚੁੱਕਿਆ ਹੈ। ਅਨਮੋਲ ਗੁਲਾਟੀ ਇਸ ਖਬਰ 'ਤੇ ਜਾਣਕਾਰੀ ਦੀ ਸਾਂਝ ਪਾ ਰਿਹਾ ਹੈ। ਅਨਮੋਲ, ਕੀ ਕੁਛ ਜਾਣਕਾਰੀ, ਕਿਹੜਾ ਪਲਾਨ ਪੰਜਾਬ ਦੀ ਸਰਕਾਰ ਲੈ ਕੇ ਆ ਰਹੀ ਹੈ? ਜੀ ਬਿਲਕੁਲ, ਦੇਖੋ ਕਿਸ਼ਨ, ਕਿਉਂਕਿ ਜਿਹੜਾ ਪਲਾਨ ਅਪਣਾਇਆ ਗਿਆ ਤੇਲੰਗਾਨਾ ਦੇ ਵਿੱਚ, ਉਸਦੇ ਤਹਿਤ ਕਈ ਛੋਟੇ ਛੋਟੇ ਡੈਮ ਜਿਹੜੇ ਕਿ ਬਣਾਏ ਗਏ, ਖਾਸ ਗਰਾਊਂਡ ਵਾਟਰ ਨੂੰ ਰੀਪਲੈਨਿਸ਼ ਕਰਨ ਦੇ ਲਈ ਇਹ ਡੈਮ ਜਿਹੜੇ ਕਿ ਕਾਫੀ ਕਾਰਗਰ ਵੀ ਸਾਬਿਤ ਹੋਏ ਹੈ। 2 ਮੀਟਰ ਤੱਕ ਗਰਾਊਂਡ ਵਾਟਰ ਲੈਵਲ ਜਿਹੜਾ ਕਿ ਹੈ ਉਹ ਵਧਿਆ, ਜਿਸਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਇਸ ਨੂੰ ਅਪਣਾ ਕੇ ਜਿਹੜਾ ਕੀ ਹੈ ਪੰਜਾਬ ਦੀ ਵੀ ਗਰਾਊਂਡ ਵਾਟਰ ਦੀ ਸਿਚੁਏਸ਼ਨ ਠੀਕ ਕੀਤੀ ਜਾ ਸਕਦੀ ਹੈ। ਉਸਦੇ ਲਈ ਖਾਸ ਤੌਰ ਤੇ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਤੇਲੰਗਾਨਾ ਪਹੁੰਚੇ ਨੇ, ਉੱਥੇ ਹੁਣ ਡੈਮਸ ਦੀ ਜਾਣਕਾਰੀ ਜਿਹੜੀ ਕਿ ਲਈ ਜਾ ਰਹੀ ਹੈ, ਟੈਕਨੀਕ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਜਿਹੜੇ ਗਰਾਊਂਡ ਵਾਟਰ ਹੈ ਪੰਜਾਬ ਦਾ ਉਸਨੂੰ ਇੰਪਰੂਵ ਕੀਤਾ ਜਾ ਸਕੇ। ਦੇਖੋ ਮੁੱਖ ਤੌਰ ਤੇ ਕਿਸ਼ਨ, ਬੇਸ਼ੱਕ ਡੈਮਸ ਬਣਾਏ ਜਾ ਚੁੱਕੇ ਨੇ ਤੇਲੰਗਾਨਾ ਦੇ ਵਿੱਚ ਜਿਹੜੇ ਕਿ ਉੱਥੇ ਕਾਰਗਰ ਸਾਬਿਤ ਹੋ ਰਹੇ ਹੈ, ਲੇਕਿਨ ਉਹ ਇੱਥੇ ਕਾਰਗਰ ਸਾਬਿਤ ਹੋਣਗੇ ਕਿ ਨਹੀਂ ਹੋਣਗੇ ਉਹ ਜ਼ਰੂਰ ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਐਟਮੋਸਫੇਰਿਕ ਕੰਡੀਸ਼ਨ ਜਿਹੜੀ ਕੀ ਹੈ ਉਹ ਵੀ ਕਾਫੀ ਅਲੱਗ ਨੇ, ਤੇ ਕੀ ਇਹ ਤਮਾਮ ਜਿਹੜਾ ਪੂਰਾ ਜਿਹੜਾ ਪਲਾਨ ਹੈ ਪੰਜਾਬ ਦੇ ਵਿੱਚ ਵੀ ਕਾਰਗਰ ਸਾਬਿਤ ਹੋ ਸਕਦਾ, ਉਸਦੇ ਲਈ ਇਰੀਗੇਸ਼ਨ ਡਿਪਾਰਟਮੈਂਟ ਟੀਮ ਵੀ ਨਾਲ ਗਈ ਹੈ, ਤੇ ਇੱਕ ਪੂਰਾ ਸਰਵੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਇਸ ਪਲਾਨ ਨੂੰ ਅਪਣਾਇਆ ਜਾਏ ਤਾਂ ਕੀ ਪੰਜਾਬ ਦੇ ਵਿੱਚ ਵੀ ਗਰਾਊਂਡ ਵਾਟਰ ਲੈਵਲ ਜਿਹੜਾ ਕੀ ਹੈ ਉਹ ਵੱਧ ਸਕਦਾ। ਸ਼ੁਕਰੀਆ ਅਨਮੋਲ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ। ਅਨਮੋਲ ਜਾਣਕਾਰੀ ਦੇ ਰਹੀ ਹੈ ਕਿ ਪੰਜਾਬ ਦੀ ਸਰਕਾਰ ਹੈਦਰਾਬਾਦ ਵਿੱਚ ਕਿਹੜਾ ਮਾਸਟਰ ਪਲਾਨ ਲੈ ਕੇ ਆਏਗੀ। ਪਰ ਤੁਹਾਨੂੰ ਦੱਸ ਦਈਏ ਦਰਿਆਵਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੂਬਾ ਪਾਣੀਆਂ ਦੀ ਬੱਚਤ ਕਿਵੇਂ ਕਰੇਗਾ, ਜਾਂ ਦਰਿਆਈ ਪਾਣੀਆਂ ਨੂੰ ਕੀ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਜਾਂ ਫਿਰ ਜਿਹੜਾ ਪਾਣੀ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚ ਰਿਹਾ ਹੈ ਉਸ ਪਾਣੀ ਨੂੰ ਹੀ ਮੁੜ ਤੋਂ ਜੀਵਤ ਕਰਕੇ ਲੋਕਾਂ ਨੂੰ ਦਿੱਤਾ ਜਾਏਗਾ, ਕਿਸ ਪਲਾਨ 'ਤੇ ਸੋਚੇਗੀ, ਇਸ 'ਤੇ ਲਗਾਤਾਰ ਸਾਡੀ ਨਜ਼ਰ ਬਣੀ ਰਹੇਗੀ। ਪਰ ਪੰਜਾਬ ਦੀ ਸਰਕਾਰ ਹੈਦਰਾਬਾਦ ਵਿੱਚ ਹੈ, ਕਿਹੜੇ ਪਲਾਨ 'ਤੇ ਚਰਚਾ ਕਰੇਗੀ, ਕੁਛ ਘੰਟਿਆਂ ਬਾਅਦ ਸਭ ਕੁਝ ਸਪਸ਼ਟ ਹੋਏਗਾ।
सो हैदराबाद दौरे ते पंजाब दे मुख्यमंत्री भगवंत मान ने पंजाब दे मुख्यमंत्री नू हैदराबाद जाण दी जरूरत क्यों पई है, हुण इहदी जड़ च जाना पैणा। दरअसल पंजाब दे कई जिले अजिहे ने जिथे पानी डार्क जोन च है। डार्क जोन तो भाव है कि NASA अमरीका दा बहुत वड्डा अदारा जिहड़ा कि भू विज्ञान हवावां ते पूरे ब्रह्मंड ते पूरी तफतीश करता है, उसने पंजाब के कई इलाकों तफतीश की। इन्वेस्टिगेशन पाया गया कि पंजाब बंजर बनेगा, पंजाब रेगिस्तान बनेगा जेकर इस पर ध्यान ना दिता गया। रेगिस्तान क्यों बनेगा? रेगिस्तान इस करके बनेगा कि पंजाब दे विच वड्डी गिनती विच हज़ारां दी गिनती विच ट्यूबवैल धरती की हिक पड़ के पानी कढ़न दा काम करते हैं लगातार, जिहड़े वो पानी दे कढ़न दा सिलसिला जारी है। इस करके पंजाब बंजर हो सकता है।